ਨੰਦਪੁਰ ਧਨ ਹੋਇਆ ਦਸਮ ਪਿਤਾ ਦੇ ਘਰ ਫਰਜ਼ੰਦਾ ਆ ਧਨ ਧਨ ਨੰਦਪੁਰ ਧਨ ਹੋਇਆ ਦਸਮ ਪਿਤਾ ਦੇ ਘਰ ਫਰਜ਼ੰਦਾ ਆ ਚਿਹਰੇ ਉੱਤੇ ਜلال ਸੀ ਕੋਈ ਨੂਰੀ ਮਾਨੋ ਧਰਤੀ ਤੇ ਚੱਲ ਕੇ ਚੰਦਾ ਆ ਜੀਨੇ ਤੱਕਿਆ ਤੱਕਦਾ ਰਹਿ ਗਿਆ ਸੀ ਧੁਰ ਅੰਦਰੋਂ ਕੋਈ ਆਨੰਦ ਆ ਛੋਟਾ लाਡਲਾ ਫੁੱਲ ਦਸ਼ਮੇਸ਼ ਜੀ ਦਾ ਵੰਡਣ ਵਿੱਚ ਸੰਸਾਰ ਸੁਗੰਦਾ ਆ ਬਮਨ ਪੁਰੀ ਅਨੰਦ ਤੂੰ ਵਿਦਾਂ ਲੈ ਕੇ ਜਦੋਂ ਨੀਲੇ ਦਾ ਸ਼ਾਹ ਸਵਾਰ ਗਿਆ ਠਾਠਾ ਮਾਰਦੀ ਸਰਸਾ ਦੀ ਨਦੀ ਕੰਡੇ ਕਲਗੀ ਵਾਲੇ ਦਾ ਬिखर ਪਰਵਾਰ ਗਿਆ ਫਤਿਹ ਸਿੰਘ ਤੇ ਜ਼ੋਰਾਂ ਵਰ ਨਾਲ ਦਾਦੀ ਦਸਮ ਪਿਤਾ ਨਾ ਅਜੀਤ ਜੁਝਾਰ ਗਿਆ ਇਹੋ ਜਹੀ ਅਨਹੋਣੀ ਕੋਈ ਵਾਪਰੀ ਸੀ ਕੋਈ ਆਰ ਗਿਆ ਕੋਈ ਪਾਰ ਗਿਆ ਠੰਡੇ ਬੁਰਜੰਦਰ ਠੰਡੀ ਥਾਂਉਂ ਠੰਡੀ ਠਾਰ ਗੁਜਰੀ ਹਰ ਰਾਤ ਗੁਜਰੀ ਠੰਡੇ ਬੁਰਜੰਦਰ ਠੰਡੀ ਥਾਂ ਉੱਤੇ ਠੰਡੀ ਠਾਰ ਗੁਜਰੀ ਹਰ ਰਾਤ ਗੁਜਰੀ ਸਮਾਂ ਬੜਾ ਭਿਆਨਕ ਹੈ ਆਉਣ ਵਾਲਾ ਸਾਵੇਂ ਤੱਕੇ ਸਨ ਸਾਰੇ ਹਾਲਾਤ ਗੁਜਰੀ ਆਪਣੇ ਪੁੱਤ ਦੇ ਜਿਗਰ ਦੇ ਟੋਟਿਆਂ ਨੂੰ ਸਮੇ ਸਮੇ ਸਮਝਾਈ ਹਰ ਬਾਤ ਗੁਜਰੀ ਲਾੜ ਰਹੀ ਲਡਾਉਂਦੀ ਸੀ ਪੋਤਿਆਂ ਨੂੰ ਮਾਦੀ ਮਮਤਾ ਦੀ ਮੂਰਤ ਸੀ ਬਾਤ ਗੁਜਰੀ ਭੋਲੇ ਭਾਲੇ ਤੇ ਸਨ ਮਾਸੂਮ ਬਲਕ ਭੋਲੇ ਭਾਲੇ ਤੇ ਸਨ ਮਾਸੂਮ ਬਲਕ ਫਤਿਹ ਸਿੰਘ ਅਤੇ ਜ਼ੋਰਾਵਰ ਦੋਵੇਂ ਸੀਨਾ ਤਾਣ ਕੇ ਖੜਗੇ ਨਿਹਾਨਦਰ ਸੀਸ ਤਲੀ ਤੇ ਆਪਣੇ ਧਰ ਦੋਵੇਂ ਜ਼ਬਰ ਜ਼ੁਲਮ ਤੇ ਧਾਰਮਕ ਹੱਠ ਵਾਲੀ ਜ਼ਰ ਗਏ ਸਨ ਪੀੜ ਅਜਰਦ ਲਿਖਦੇ ਸਾਕਾ ਸਰਹੰਦ ਵਾਲਾ ਨੈਣ ਹੋ ਗਈ ਜਾਚਕ ਦੇ ਤਰ ਦੋਵੇਂ ਬਾਲ ਉਮਰ ਚ ਫਤਿਹ ਸਿੰਘ ਸਾਹਿਬਜ਼ਾਦਾ ਅਗ ਅਣਖ ਦੀ ਗਿਆ ਸੀ ਬਾਲ ਸੁਣ ਬਾਲ ਉਮਰ ਵਿੱਚ ਫਤਿਹ ਸਿੰਘ ਸਾਹਿਬਜ਼ਾਦਾ ਅਗ ਅਣਖ ਦੀ ਗਿਆ ਸੀ ਬਾਲ ਸੋਣਾ ਖੇਡਾ ਖੇਡਦਾ ਖੇਡਦਾ ਖੇਡ ਗਿਆ ਆਖਰ ਮੌਤ ਮਰ ਜਾਣੀ ਦੇ ਨਾਲ ਸੁਣ ਫਤੇ ਸਿੰਘ ਦੇ ਫਤੇ ਨੇ ਕਦਮ ਚੁੰਮੇ ਫਤੇ ਸਿੰਘ ਦੇ ਫਤੇ ਨੇ ਕਦਮ ਚੁੰਮੇ ਫਤੇ ਪਾ ਗਿਆ ਫਤੇ ਸਿੰਘ ਲਾਲ ਸੋਣਾ ਦਾਦੇ ਗੁਰੂ ਦੀ ਗੋਦ ਵਿੱਚ ਜਾ ਬੈਠਾ ਕਲਗੀ ਧਰ ਦਾ ਨਉ ਨਿਹਾਲ ਸੁਣ ਦਾਦੇ ਗੁਰੂ ਦੀ ਗੋਦ ਵਿੱਚ ਜਾ ਬੈਠਾ ਕਲਗੀ ਧਰ ਦਾ ਨਉ ਨਿਹਾਲ ਸੁਣ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤ